ਸਤਿ ਸ਼੍ਰੀ ਅਕਾਲ, ਮੈਂ ਭਾਵਨਾ। ਦੈਨਿਕ ਸਵੇਰਾ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਤੇ ਹੁਣ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਖਾਲਸੇ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ 'ਚ ਚੱਲ ਰਹੇ ਹੋਲੇ ਮਹੱਲੇ ਦੇ ਪਹਿਲੇ ਪੜਾਅ 'ਚ ਵੱਡੀ ਗਿਣਤੀ 'ਚ ਪੁੱਜੀਆਂ ਸੰਗਤਾਂ, ਭਾਰੀ ਮੀਂਹ ਦਾ ਕਰਨਾ ਪਿਆ ਸਾਹਮਣਾ। ਪਲੱਥ ਵਿਖੇ ਵਿਦੇਸ਼ਾਂ ਤੋਂ ਆਏ 10 ਭਾਰਤੀ ਯਾਤਰੀਆਂ ਦੀ ਸਿਹਤ ਵਿਭਾਗ ਦੇ ਹੁਕਮਾਂ ਅਨੁਸਾਰ ਕੀਤੀ ਗਈ ਜਾਂਚ, ਯਾਤਰੀਆਂ ਵਿੱਚ ਕੋਰੋਨਾ ਵਾਇਰਸ ਦਾ ਕੋਈ ਲੱਛਣ ਨਹੀਂ। ਕਪੂਰਥਲਾ ਵਿੱਚ ਪਹਿਲਾ ਬ੍ਰਿਟਿਸ਼ ਸਿੱਖ ਸਕੂਲ ਖੁੱਲ੍ਹਿਆ, NRI ਸੰਸਥਾ ਵੱਲੋਂ ਗਰੀਬ ਬੱਚਿਆਂ ਲਈ ਕੀਤੀ ਗਈ ਸ਼ੁਰੂਆਤ। ਤੇ ਹੁਣ ਖਬਰਾਂ ਵਿਸਥਾਰ ਨਾਲ। ਖਾਲਸੇ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ 'ਚ ਚੱਲ ਰਹੇ ਹੋਲੇ ਮਹੱਲੇ ਦੇ ਪਹਿਲੇ ਪੜਾਅ 'ਚ ਵੱਡੀ ਗਿਣਤੀ 'ਚ ਸੰਗਤਾਂ ਕੀਰਤਪੁਰ ਸਾਹਿਬ ਪੁੱਜੀਆਂ, ਪਰ ਗੁਰਦੁਆਰਾ ਸਾਹਿਬ ਦੇ ਬਾਹਰਲੀ ਸੜਕ ਕੱਚੀ ਹੋਣ ਕਰਕੇ ਸੰਗਤਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਕੱਲ੍ਹ ਤੋਂ ਹੀ ਹੋ ਰਹੀ ਬਾਰਿਸ਼ ਦੇ ਕਾਰਨ ਕੱਚਾ ਰਸਤਾ ਚਿੱਕੜ ਨਾਲ ਭਰ ਗਿਆ ਹੈ, ਜਿਸ ਕਾਰਨ ਸੰਗਤਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਰਦੁਆਰਾ ਕੀਰਤਪੁਰ ਸਾਹਿਬ 'ਚ ਚੱਲ ਰਹੇ ਹੋਲੇ ਮਹੱਲੇ ਦੇ ਪਹਿਲੇ ਪੜਾਅ 'ਚ ਵੱਡੀ ਗਿਣਤੀ 'ਚ ਸੰਗਤਾਂ ਪੁੱਜ ਰਹੀਆਂ ਨੇ, ਪਰ ਗੁਰਦੁਆਰਾ ਸਾਹਿਬ ਦੇ ਬਾਹਰ ਦੀ ਸੜਕ ਕੱਚੀ ਹੋਣ ਕਰਕੇ ਸੰਗਤਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਕੱਲ੍ਹ ਤੋਂ ਹੋ ਰਹੀ ਬਾਰਿਸ਼ ਦੇ ਕਾਰਨ ਇਹ ਕੱਚਾ ਰਸਤਾ ਚਿੱਕੜ ਨਾਲ ਭਰ ਗਿਆ, ਜਿਸ ਕਰਕੇ ਹੋਲੇ ਮਹੱਲੇ 'ਚ ਪਹੁੰਚ ਰਹੀਆਂ ਸੰਗਤਾਂ ਅਤੇ ਆਮ ਰਾਹੀਗੀਰਾਂ ਦਾ ਇੱਥੋਂ ਗੁਜ਼ਰਨਾ ਮੁਸ਼ਕਲ ਹੋ ਚੁੱਕਾ। ਸੜਕਾਂ ਦੀ ਪ੍ਰੋਬਲਮ ਆ, ਮੀਂਹ ਕਰਕੇ ਵੀ ਆ ਥੋੜ੍ਹੀ, ਅਤੇ ਥੋੜ੍ਹੀ ਬਣਨ ਦੀ ਵੀ ਹੈਗੀ ਦਿੱਕਤ, ਸਰਕਾਰ ਨੂੰ ਚਾਹੀਦੀਆਂ ਬਣਾਉਣੀਆਂ ਨਾ। ਹੋਲੇ ਮਹੱਲੇ 'ਤੇ ਅਸੀਂ ਹਰ ਸਾਲ ਆਉਂਦੇ ਹਾਂ ਜੀ, ਬਸ ਇਸ ਵੇਲੇ 'ਤੇ ਸਾਨੂੰ ਸਹੀ ਨਹੀਂ ਫੀਲ ਹੋ ਰਿਹਾ ਜੀ, ਬਸ ਸੜਕ ਕਰਕੇ। ਸੜਕ ਵਿੱਚ ਵੇਖੋ ਜੀ ਤੁਸੀਂ, ਇੰਨੀ ਸੰਗਤ ਆ, ਹੋਲਾ ਮਹੱਲਾ ਆ, ਮੇਲਾ ਆ, ਆਹ ਦੇਖੋ ਸੜਕ ਦਾ ਹਾਲ ਦੇਖੋ ਸਰ, ਤੁਸੀਂ ਕੀ ਹਾਲ ਆ। ਇਹ ਸਰਕਾਰ ਨੂੰ ਬੇਨਤੀ ਆ ਸਾਡੀ ਵੀ ਸੜਕ ਬਣਾਈ ਜਾਏ, ਕਿਉਂਕਿ ਸੰਗਤਾਂ ਨੂੰ ਤੰਗੀ ਨਾ ਆਏ ਸਰ। ਸਾਡੇ ਆਹ ਦੇਖੋ ਚੱਲ ਰਹੇ ਹਾਂ, ਬੂਟ ਖਰਾਬ ਹੋ ਗਏ, ਕੱਪੜੇ ਖਰਾਬ ਹੋ ਗਏ ਸਾਡੇ। ਦੱਸਦੀ ਕਿ ਗੜਸ਼ੰਕਰ ਤੋਂ ਅਨੰਦਪੁਰ ਸਾਹਿਬ ਨੂੰ ਜਾਂਦੀ ਸੜਕ ਦੀ ਹਾਲਤ ਵੀ ਬੇਹੱਦ ਖਸਤਾ ਹੈ, ਜਿਸ ਕਰਕੇ ਉੱਥੇ ਪਹੁੰਚਣ ਵਾਲੀਆਂ ਸੰਗਤਾਂ ਵੀ ਖੱਜਲ ਖੁਆਰ ਹੋ ਰਹੀਆਂ ਨੇ। ਅਨੰਦਪੁਰ ਸਾਹਿਬ ਤੋਂ ਬਿਮਲ ਸੈਣੀ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਪਲੱਥ ਵਿਖੇ ਵਿਦੇਸ਼ਾਂ ਤੋਂ ਆਏ 10 ਭਾਰਤੀ ਯਾਤਰੀਆਂ ਦੀ ਸਿਹਤ ਵਿਭਾਗ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਡਾਕਟਰ ਜਸਮੀਤ ਕੌਰ ਬਾਵਾ ਦੀ ਅਗਵਾਈ 'ਚ ਵਿਸ਼ੇਸ਼ ਜਾਂਚ ਕੀਤੀ ਗਈ। ਇਸ ਮੌਕੇ ਡਾਕਟਰ ਦੇਸ਼ ਰਾਜ ਭਾਰਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਯਾਤਰੀਆਂ ਵਿੱਚ ਕੋਰੋਨਾ ਵਾਇਰਸ ਦੇ ਕਿਸੇ ਕਿਸਮ ਦਾ ਕੋਈ ਵੀ ਲੱਛਣ ਨਹੀਂ ਪਾਇਆ ਗਿਆ, ਇਹ ਪੂਰਨ ਤੌਰ 'ਤੇ ਤੰਦਰੁਸਤ ਨੇ। ਸਿਵਲ ਹਸਪਤਾਲ ਪੁਲੱਥ ਵਿਖੇ ਵਿਦੇਸ਼ਾਂ ਤੋਂ ਆਏ 10 ਭਾਰਤੀ ਯਾਤਰੀਆਂ ਦੀ ਸਿਹਤ ਵਿਭਾਗ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਡਾਕਟਰ ਜਸਮੀਤ ਕੌਰ ਬਾਵਾ ਦੀ ਅਗਵਾਈ 'ਚ ਵਿਸ਼ੇਸ਼ ਜਾਂਚ ਕੀਤੀ ਗਈ। ਇਸ ਮੌਕੇ SMO ਡਾਕਟਰ ਦੇਸ਼ ਰਾਜ ਭਾਰਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਯਾਤਰੀਆਂ ਵਿੱਚ ਕੋਰੋਨਾ ਵਾਇਰਸ ਦੇ ਕਿਸੇ ਵੀ ਤਰ੍ਹਾਂ ਦੇ ਲੱਛਣ ਨਹੀਂ ਪਾਏ ਗਏ, ਇਹ ਪੂਰਨ ਤੌਰ 'ਤੇ ਤੰਦਰੁਸਤ ਹਨ। ਇਹਨਾਂ ਯਾਤਰੀਆਂ ਨੂੰ 28 ਦਿਨ ਲਈ ਸਿਵਲ ਹਸਪਤਾਲ ਪੁਲੱਥ ਦੀ ਵਿਸ਼ੇਸ਼ ਟੀਮ ਦੀ ਨਿਗਰਾਨੀ ਹੇਠ ਰੱਖਿਆ ਜਾਵੇਗਾ। ਜੇਕਰ 28 ਦਿਨਾਂ 'ਚ ਇਹਨਾਂ ਯਾਤਰੀਆਂ 'ਚ ਕੋਈ ਗੰਭੀਰ ਲੱਛਣ ਦੇਖਣ ਨੂੰ ਮਿਲਦੇ ਹਨ ਤੇ ਇਹਨਾਂ ਨੂੰ ਆਈਸੋਲੇਟਡ ਵਾਰਡ 'ਚ ਰੱਖਿਆ ਜਾਵੇਗਾ ਅਤੇ ਸਮੱਸਿਆ ਗੰਭੀਰ ਹੋਣ ਤੇ ਜ਼ਿਲ੍ਹਾ ਸੈਂਟਰ 'ਚ ਰੈਫਰ ਕੀਤਾ ਜਾਵੇਗਾ। ਸਵੇਰੇ ਅੱਜ ਦੇ ਦਿਨ ਜ਼ਿਲ੍ਹਾ ਐਪੀਡੈਮੋਲੋਜਿਸਟ ਅਫਸਰ SMO ਸਾਹਿਬ ਅਤੇ SI ਸਾਹਿਬ ਉਹਨਾਂ ਦੇ ਘਰ ਗਏ, ਉਹਨਾਂ ਦਾ ਮੁਆਇਨਾ ਕੀਤਾ, ਮੈਂ ਵੀ ਨਾਲ ਸੀ ਅਤੇ ਅਸੀਂ ਦੇਖਿਆ ਕਿ ਉਹ ਇਟਲੀ ਤੋਂ ਆਏ ਨੇ ਅਤੇ ਉਹ ਬਿਲਕੁਲ ਤੰਦਰੁਸਤ ਨੇ। ਉਹਨਾਂ ਨੂੰ ਉਹਨਾਂ ਦੀ ਕੌਂਸਲਿੰਗ ਕੀਤੀ ਗਈ, ਕਿੱਦਾਂ ਉਹਨਾਂ ਅਗਰ ਕੋਈ ਨੂੰ ਲੱਛਣ ਆਉਂਦਾ ਹੈ ਤਾਂ ਉਹਨਾਂ ਨੇ ਇੱਥੇ ਰਿਪੋਰਟ ਕਰਨਾ ਅਤੇ ਪੌਸ਼ਟਿਕ ਆਹਾਰ ਖਾਣਾ ਹੈ ਅਤੇ ਭੀੜ ਭਾੜ ਵਾਲੇ ਇਲਾਕਿਆਂ 'ਚ ਨਹੀਂ ਜਾਣਾ ਅਤੇ ਉਹਨਾਂ ਨੂੰ ਜੇ ਅੱਗੇ ਹੋਰ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਇੱਥੇ ਉਹਨਾਂ ਦਾ ਮੁਫਤ ਇਲਾਜ ਕੀਤਾ ਜਾਵੇ। ਸਵੇਰਾ ਟਾਈਮਸ ਲਈ ਕਰਤਾਰਪੁਰ ਤੋਂ ਰਕੇਸ਼ ਭਾਰਤੀ ਦੀ ਰਿਪੋਰਟ। ਕਪੂਰਥਲਾ ਵਿੱਚ ਪਹਿਲਾ ਬ੍ਰਿਟਿਸ਼ ਸਿੱਖ ਸਕੂਲ ਖੋਲ੍ਹਿਆ ਗਿਆ। ਇਸ ਸਕੂਲ ਦਾ ਰਸਮੀ ਉਦਘਾਟਨ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਤੇ ਸਕੂਲ ਦੀ ਸ਼ੁਰੂਆਤ ਕੀਤੀ ਗਈ। ਦੱਸ ਦਈਏ ਕਿ ਇਸ ਸਕੂਲ ਦੀ ਸ਼ੁਰੂਆਤ NRI ਸੰਸਥਾ ਵੱਲੋਂ ਗਰੀਬ ਤਬਕੇ ਦੇ ਬੱਚਿਆਂ ਨੂੰ ਇੰਟਰਨੈਸ਼ਨਲ ਪੱਧਰ ਦੀ ਸਿੱਖਿਆ ਦੇਣ ਦੇ ਉਪਰਾਲੇ ਵਜੋਂ ਕੀਤੀ ਗਈ। NRI ਸੰਸਥਾ ਵੱਲੋਂ ਗਰੀਬ ਤਬਕੇ ਦੇ ਬੱਚਿਆਂ ਨੂੰ ਇੰਟਰਨੈਸ਼ਨਲ ਪੱਧਰ ਦੀ ਸਿੱਖਿਆ ਦੇਣ ਦੇ ਉਪਰਾਲੇ ਲਈ ਕਪੂਰਥਲਾ ਵਿੱਚ ਪਹਿਲਾ ਬ੍ਰਿਟਿਸ਼ ਸਿੱਖ ਸਕੂਲ ਖੋਲ੍ਹਿਆ ਗਿਆ। ਇਸ ਸਕੂਲ ਦੇ ਰਸਮੀ ਉਦਘਾਟਨ ਦੇ ਮੌਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਅਤੇ ਸਕੂਲ ਦੀ ਸ਼ੁਰੂਆਤ ਕੀਤੀ ਗਈ। ਮੈਂ ਪ੍ਰਿੰਸੀਪਲ ਹਰਦੀਪ ਕੌਰ ਸਾਰਿਆਂ ਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ ਕਿ ਅੱਜ ਜੋ ਸਾਡੇ ਬ੍ਰਿਟਿਸ਼ ਸਿੱਖ ਸਕੂਲ ਦੀ ਓਪਨਿੰਗ ਸੀ, ਜੋ ਅਸੀਂ ਓਪਨਿੰਗ 'ਤੇ ਇੱਥੇ ਪ੍ਰੋਗਰਾਮ ਕਰਵਾਇਆ ਸੀ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇੱਥੇ ਸਿੱਖ ਸੰਗਤਾਂ ਅਤੇ ਬੱਚੇ ਪਹੁੰਚੇ ਨੇ ਅਤੇ ਅੱਜ ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਨੂੰ ਲੱਗਦਾ ਹੈ ਕਿ ਜੋ ਅਸੀਂ ਮਿਹਨਤ ਕਰ ਰਹੇ ਹਾਂ, ਜੋ ਅਸੀਂ ਬੱਚਿਆਂ ਦੇ ਲਈ ਜਾਂ ਗਰੀਬ ਲੋਕਾਂ ਦੇ ਲਈ ਉਪਰਾਲਾ ਕਰ ਰਹੇ ਹਾਂ, ਮੈਨੂੰ ਆਸ ਹੈ
ਕਿ ਸਾਡਾ ਉਹ ਮਕਸਦ ਜਾਂ ਸਾਡੀ ਉਹ ਮਿਹਨਤ ਕਿਤੇ ਨਾ ਕਿਤੇ ਰਾਸ ਆ ਰਹੀ ਹੈ। ਅੱਜ ਜਦੋਂ ਅਸੀਂ ਇੱਥੇ ਓਪਨਿੰਗ ਦਾ ਪ੍ਰੋਗਰਾਮ ਕਰਵਾਇਆ, ਤੁਸੀਂ ਪਿੱਛੇ ਅੱਗੇ ਪਿੱਛੇ ਦੇਖ ਸਕਦੇ ਹੋ ਕਿ ਇੱਧਰ ਪੂਰਾ ਹਾਲ ਅਤੇ ਪੂਰਾ ਅੰਦਰ ਸੈਮੀਨਾਰ ਹਾਲ ਅਤੇ ਸਾਰੀਆਂ ਜੋ ਵੀ ਸਾਡੀਆਂ ਕੁਰਸੀਆਂ ਟੇਬਲ ਨੇ ਪੂਰੇ ਬੁੱਕ ਹੋ ਚੁੱਕੇ ਨੇ, ਪੂਰੇ ਫੁੱਲ ਹੋ ਚੁੱਕੇ ਨੇ। ਸਵੇਰਾ ਟਾਈਮਸ ਲਈ ਕਪੂਰਥਲਾ ਤੋਂ ਸਾਜਨ ਕੁਮਾਰ ਦੀ ਰਿਪੋਰਟ। ਮਮਦੌੜ ਦੇ ਪਿੰਡ ਸਵਾਈ ਕੇ ਭੋਖੜੀ 'ਚ ਜ਼ੋਰਦਾਰ ਮੀਂਹ ਅਤੇ ਹਨੇਰੀ ਕਾਰਨ ਇੱਕ ਘਰ ਪੂਰੀ ਤਰ੍ਹਾਂ ਢਹਿ ਗਿਆ, ਜਿਸ ਦੌਰਾਨ ਪਰਿਵਾਰਕ ਮੈਂਬਰਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ। ਜਾਣਕਾਰੀ ਮੁਤਾਬਿਕ ਇਸ ਘਰ ਦੀਆਂ ਬਾਹਰੀ ਕੰਧਾਂ, ਕਮਰੇ, ਰਸੋਈ ਸਮੇਤ ਡੰਗਰਾਂ ਵਾਲਾ ਸ਼ੈੱਡ ਵੀ ਪੂਰੀ ਤਰ੍ਹਾਂ ਢਹਿ ਗਿਆ। ਬੀਤੇ ਦਿਨ ਪੰਜਾਬ ਦੇ ਵੱਖ ਵੱਖ ਇਲਾਕਿਆਂ 'ਚ ਪਏ ਮੀਂਹ ਨੇ ਕਈ ਲੋਕਾਂ ਦਾ ਨੁਕਸਾਨ ਕੀਤਾ। ਅਜਿਹਾ ਹੀ ਕੁਝ ਬਿਆਨ ਕਰਦੀਆਂ ਤਸਵੀਰਾਂ ਮਮਦੌੜ ਦੇ ਨਜ਼ਦੀਕੀ ਪਿੰਡ ਸਵਾਈ ਕੇ ਭੋਖੜੀ ਦੀਆਂ ਨੇ, ਜਿੱਥੇ ਰਾਤ ਜ਼ੋਰਦਾਰ ਮੀਂਹ ਅਤੇ ਹਨੇਰੀ ਕਾਰਨ ਇੱਕ ਘਰ ਪੂਰੀ ਤਰ੍ਹਾਂ ਢਹਿ ਗਿਆ, ਜਿਸ ਦੌਰਾਨ ਪਰਿਵਾਰਕ ਮੈਂਬਰਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ। ਕਦੋਂ ਦੀ ਗੱਲ ਹੈ? ਇਹ 8 ਵਜੇ ਦੀ ਗੱਲ ਹੈ ਜੀ। ਸਾਰੇ ਇੱਧਰੋਂ ਹਨੇਰੀ ਆਈ ਹੈ, ਜ਼ੋਰ ਨਾਲ ਤੂਫਾਨ ਆਇਆ, ਤੂਫਾਨ ਦੇ ਹਿਸਾਬ ਨਾਲ ਸਾਰਾ ਕੁਝ ਢਹਿ ਗਿਆ, ਸਮਾਨ ਕੁਛ ਨਹੀਂ, ਸਾਰਾ ਕੁਝ ਟੁੱਟ ਗਿਆ, ਕੁਛ ਨਹੀਂ ਬਚਿਆ, ਸਾਰਾ ਕੁਝ ਟੁੱਟ ਗਿਆ। ਅਸੀਂ ਅੰਦਰ ਗਏ ਚਲੇ ਹਾਂ, ਬਚ ਗਏ ਹਾਂ, ਸਾਰਾ ਕੁਝ ਪੱਟਿਆ ਗਿਆ, ਸਾਡਾ ਸਾਰਾ ਕੁਝ ਢਹਿ ਗਿਆ। ਆਹ ਕਿਚਨ ਸੀਗੀ, ਤਿੰਨ ਕਮਰੇ, ਇੱਧਰ ਵੀ ਸਾਡਾ ਕਿਚਨ ਸੀ, ਆਹ ਇੱਕ ਕਮਰਾ ਸੀ, ਇੱਕ ਉਹ ਕਮਰਾ, ਇਹ ਦੋ ਕਮਰੇ ਨਾਲ ਤੀਜੀ ਰਸੋਈ ਸੀ, ਇੱਥੇ ਮੇਨ ਚਗਾਟ ਲੱਗੀ ਸੀ, ਪਿਛਲਾ ਇੱਕ ਕਮਰਾ ਨਾਲ ਰਹਿ ਗਿਆ, ਅਗਲਾ ਸਾਰਾ ਇੱਧਰ ਢਹਿ ਗਿਆ। ਇੱਧਰ ਵੀ ਸਾਡਾ ਮੱਝਾਂ ਸਾਰਾ ਛੱਡ ਸੀਗਾ, ਉਹ ਛੱਡ ਵੀ ਸਾਰਾ ਉੱਡ ਗਿਆ, ਬਾਥਰੂਮ ਦੇ ਉੱਤੋਂ ਵੀ ਸਾਰੀ ਛੱਤ ਉੱਡ ਗਈ ਹੈ, ਛੱਡ ਤਾਂ ਉੱਠ ਗਏ, ਪਿੰਡ ਵੀ ਟੱਪ ਗਏ, ਸਾਰੇ ਉੱਡ ਗਿਆ, ਛੱਡ ਛੁੱਡ ਗਏ ਨਾਲ। ਫਿਲਹਾਲ ਪਰਿਵਾਰਕ ਮੈਂਬਰ ਇਸ ਅਚਨਚੇਤ ਹਾਦਸੇ ਤੋਂ ਕਾਫੀ ਪਰੇਸ਼ਾਨ ਨੇ ਤੇ ਉਹਨਾਂ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਉਹਨਾਂ ਦੀ ਕੋਈ ਆਰਥਿਕ ਮਦਦ ਜ਼ਰੂਰ ਕੀਤੀ ਜਾਵੇ। ਮਮਦੌੜ ਤੋਂ ਸੰਜੀਵ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਸੁਲਤਾਨਪੁਰ ਲੋਧੀ ਤੋਂ ਕਰਤਾਰਪੁਰ ਸਾਹਿਬ ਪਾਕਿਸਤਾਨ ਜਾਣ ਵਾਲਾ ਵਿਸ਼ਾਲ ਨਗਰ ਕੀਰਤਨ ਬਟਾਲਾ ਪਹੁੰਚਿਆ, ਜਿੱਥੇ ਮੀਂਹ ਦੇ ਬਾਵਜੂਦ ਵੀ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਤੇ ਸੰਗਤਾਂ ਲਈ ਵੱਖ ਵੱਖ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ। ਸੁਲਤਾਨਪੁਰ ਲੋਧੀ ਤੋਂ ਕਰਤਾਰਪੁਰ ਸਾਹਿਬ ਜਾਣ ਵਾਲਾ ਵਿਸ਼ਾਲ ਨਗਰ ਕੀਰਤਨ ਬਟਾਲਾ ਪਹੁੰਚਿਆ, ਜਿੱਥੇ ਮੀਂਹ ਦੇ ਬਾਵਜੂਦ ਵੀ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸੰਗਤਾਂ ਬਾਰਿਸ਼ ਦੀ ਪਰਵਾਹ ਕੀਤੇ ਬਿਨਾਂ ਹੀ ਹਰੀ ਜਸ ਕਰਦੀਆਂ ਪਾਲਕੀ ਸਾਹਿਬ ਦੇ ਨਾਲ ਨਾਲ ਚੱਲ ਰਹੀਆਂ ਸਨ। ਇਸ ਤੋਂ ਇਲਾਵਾ ਸੰਗਤਾਂ ਲਈ ਵੱਖ ਵੱਖ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਖੁਸ਼ੀ ਦੇ ਵਿੱਚ ਇੱਕ ਮਹਾਨ ਨਗਰ ਕੀਰਤਨ ਜੋ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਰੰਭ ਹੋਇਆ, ਉਹ ਅੱਜ ਬਟਾਲੇ ਸ਼ਹਿਰ ਦੀ ਪਵਿੱਤਰ ਧਰਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਹੁਰਿਆਂ ਦੇ ਘਰ ਬਟਾਲਾ ਸ਼ਹਿਰ ਵਿਖੇ ਪਹੁੰਚਿਆ। ਬਟਾਲੇ ਸ਼ਹਿਰ ਦੀਆਂ ਸੰਗਤਾਂ ਬਾਰਿਸ਼ ਹੋਣ ਦੇ ਬਾਵਜੂਦ ਵੀ ਵੱਖ ਵੱਖ ਪੜਾਅ ਬਣਾ ਕੇ ਨਗਰ ਕੀਰਤਨ ਦਾ ਸਵਾਗਤ ਕਰਨ ਲਈ ਪੱਬਾਂ ਭਾਰ ਹੋ ਕੇ ਖੜੇ ਹੋਏ ਨੇ। ਜ਼ਿਕਰਯੋਗ ਹੈ ਕਿ ਵਿਸ਼ਾਲ ਨਗਰ ਕੀਰਤਨ ਸੁਲਤਾਨਪੁਰ ਲੋਧੀ ਤੋਂ ਚੱਲਿਆ ਸੀ, ਜੋ ਕਿ ਪੜਾਅ ਦਰ ਪੜਾਅ ਹੁੰਦਾ ਹੋਇਆ 7 ਮਾਰਚ ਨੂੰ ਕਰਤਾਰਪੁਰ ਸਾਹਿਬ ਪਾਕਿਸਤਾਨ ਦੀ ਧਰਤੀ ਤੇ ਜਾ ਕੇ ਸੰਪੰਨ ਹੋਵੇਗਾ। ਸਵੇਰਾ ਟਾਈਮਸ ਲਈ ਬਟਾਲਾ ਤੋਂ ਵਿਕਰਮ ਚੀਮਾ ਦੀ ਰਿਪੋਰਟ। ਬਟਾਲਾ ਦੇ ਨਜ਼ਦੀਕ ਪਿੰਡ ਟਟਿਆਲਾ ਨੱਤਾ 'ਚ ਬੱਚਿਆਂ ਦੀ ਆਪਸੀ ਲੜਾਈ 'ਚ ਵਿਵਾਦ ਇੰਨਾ ਵੱਧ ਗਿਆ ਕਿ ਸਾਬਕਾ ਫੌਜੀ ਨੇ ਫਾਇਰਿੰਗ ਕਰ ਦਿੱਤੀ, ਜਿਸ ਕਾਰਨ ਇੱਕ ਵਿਅਕਤੀ ਦੇ ਚਿਹਰੇ ਅਤੇ ਸਿਰ 'ਤੇ 12 ਬੋਰ ਦੀਆਂ ਗੋਲੀਆਂ ਦੇ ਛਰੇ ਲੱਗ ਗਏ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਬਟਾਲਾ ਦੇ ਨੇੜਲੇ ਪਿੰਡ ਟਡਿਆਲਾ ਨੱਤ 'ਚ ਬੱਚਿਆਂ ਦੀ ਆਪਸੀ ਲੜਾਈ ਨੂੰ ਲੈ ਕੇ ਪਰਿਵਾਰਾਂ 'ਚ ਵਿਵਾਦ ਇੰਨਾ ਵੱਧ ਗਿਆ ਕਿ ਗੋਲੀਆਂ ਚੱਲ ਗਈਆਂ, ਜਿਸ ਕਾਰਨ ਇੱਕ ਵਿਅਕਤੀ ਦੇ ਚਿਹਰੇ ਤੇ ਸਿਰ ਤੇ 12 ਬੋਰ ਦੀ ਗੋਲੀਆਂ ਦੇ ਛਰੇ ਲੱਗਣ ਨਾਲ ਉਹ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਬਟਾਲਾ 'ਚ ਇਲਾਜ ਲਈ ਭੇਜਿਆ ਗਿਆ। ਉੱਥੇ ਹੀ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਵੀ ਜੁਟ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਚਲਾਉਣ ਵਾਲਾ ਆਰਮੀ ਤੋਂ ਰਿਟਾਇਰਡ ਜਵਾਨ ਹੈ। ਫਿਲਹਾਲ ਪੁਲਿਸ ਮੁਤਾਬਿਕ ਰਿਟਾਇਰਡ ਆਰਮੀ ਜਵਾਨ ਨੂੰ ਉਸ ਦੀ ਰਾਈਫਲ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ। ਗੋਲੀ ਤਾਂ ਦੋ ਬੱਚੇ, ਇੱਕ ਆ ਮੇਰਾ ਲਾਗੇ ਗਵਾਂਢੀ ਜਿਹੇਦਾਰ ਆ ਅਤੇ ਮੇਰਾ ਬੱਚਾ ਦੇ ਰਾਤ ਨੂੰ ਖੇਡਦੇ ਦੋਵੇਂ ਹਨ, ਖੇਡਦਾ ਖੇਡਦਾ ਇਹ ਬੱਚੇ ਨੇ ਮਾਰੀ ਟੀਮ ਮੇਰੇ ਬੱਚੇ ਨੂੰ ਮਾਰੀ ਅਤੇ ਉਹਨਾਂ ਦੇ ਗੇਟ ਨੂੰ ਵੱਜ ਗਈ ਆ ਅਤੇ ਉਹਦੀ ਘਰ ਦੀ ਨਿਕਲੀ ਆ ਬਾਹਰ ਅਤੇ ਉਹਨੇ ਮੁੰਡੇ ਇਹਦੇ ਮੁੰਡੇ ਨੇ ਸੋਰੀ ਮੰਗੀ, ਕਹਿੰਦਾ ਆਂਟੀ ਜੀ ਸਾਡੇ ਕੋਲ ਗਲਤੀ ਕੋਈ ਆ ਨਹੀਂ, ਉਹਦਾ ਘਰ ਵਾਲਾ ਨਿਕਲਿਆ ਸ਼ਰਾਬੀ ਹੋਇਆ ਸੀ, ਨਾਲ ਹੀ ਮੇਰੇ ਮੁੰਡੇ 'ਚ ਚਪੇੜਾ ਮਾਰਿਆ ਅਤੇ ਨਾਲ ਹੀ ਇਸ ਮੁੰਡੇ 'ਚ ਚਪੇੜਾ ਮਾਰਤੀ ਉਹਨਾਂ ਨੇ, ਚਲੋ ਮਾੜੀ ਮਾੜੀ ਤੂੰ ਤੂੰ ਮੈਂ ਹੋਈ, ਕੋਈ ਗੱਲਬਾਤ ਨਹੀਂ ਹੋਈ। ਸਵੇਰੇ ਫਿਰ ਸ਼ਰਾਬ ਪੀਤੀ ਆ ਅਤੇ ਉਹਦਾ ਭਰਾ ਦੂਜਾ ਮੇਵਾ ਆ ਨਾਲ ਅਤੇ ਨਾਲ ਦੋ ਜਣੇ ਹੋਰ ਆ ਅਤੇ ਗਾਲਾਂ ਗੂਲਾਂ ਡਹਿਵੇ ਕੱਢਣ, ਇੱਕ ਦੂਜੇ ਨੂੰ ਵੱਟੇ ਵੁੱਟੇ ਡਹਿਵੇ ਮਾਰਨ, ਸਾਡੇ ਘਰੋਂ ਨਿਕਲਿਆ ਨਹੀਂ ਗਿਆ ਸਾਡੇ ਬਾਹਰ, ਅਤੇ ਮੁੜ ਕੇ ਅਸੀਂ ਵੀ ਵੱਟੇ ਵੁੱਟੇ ਮਾਰੇ ਆ ਅਤੇ ਮੁੜ ਕੇ ਉਹਨਾਂ ਰਫਲ ਕੱਢੀ ਆ, ਦੋ ਫੈਲ ਪਹਿਲਾਂ ਮੇਰੇ ਘਰ ਨੂੰ ਕੱਢੇ ਆ ਅਤੇ ਦੋ ਜਿਹੜੇ ਮੇਰੇ ਨੂੰ ਸਿੱਧੇ ਚਲਾ ਦਿੱਤੇ। ਜਗਮੀਤ ਸਿੰਘ ਨਾਮ ਦਾ ਮਰੀਜ਼ ਹੈ, ਇਹ ਇੱਥੇ ਆ ਕੇ ਦਾਖਲ ਹੋਇਆ, ਇਹ ਕਹਿੰਦਾ ਇਹਦੀ ਗੋਲੀ ਲੱਗੀ, ਜਦੋਂ ਅਸੀਂ ਦੇਖਿਆ ਉਹਨੂੰ ਕੁਛ ਖਾਸ ਸਾਨੂੰ ਪਤਾ ਨਹੀਂ ਚੱਲਿਆ, ਫਿਰ ਵੀ ਅਸੀਂ ਐਕਸਰੇ ਕਰਾਉਣ ਨੂੰ ਭੇਜਿਆ, ਐਕਸਰੇ ਦੀ ਰਿਪੋਰਟ ਆਉਂਦੀ ਹੈ ਅਤੇ ਉਸ ਤੋਂ ਬਾਅਦ ਇਹਦੀ ਬੰਦੀ ਕਾਰਵਾਈ ਜਿਹੜੀ ਹੋਈ ਹੈ। ਸਵੇਰਾ ਟਾਈਮਸ ਲਈ ਬਟਾਲਾ ਤੋਂ ਵਿਕਰਮ ਚੀਮਾ ਦੀ ਰਿਪੋਰਟ। ਤੇ ਅਸੀਂ ਹੁਣ ਤੱਕ ਦੀਆਂ ਖਾਸ ਖਬਰਾਂ, ਵਧੇਰੇ ਜਾਣਕਾਰੀ ਲਈ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ।